ਲਾਲ ਗੁਲਾਬੀ ਤੇ ਹੋਰ ਰੰਗ ਬਿਰੰਗੇ ਫੁੱਲਾਂ ਵਾਲੇ ਬਗੀਚੇ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਣਾ ਹੈ ਕਿ ਇਹ ਤਸਵੀਰਾਂ ਕਿਸੇ ਵੱਡੀ ਪਾਰਕ ਜਾਂ ਫਿਰ ਰੋਜ਼ ਗਾਰਡਨ ਦੀਆਂ ਨੇ। ਜੀ ਨਹੀਂ, ਤੁਸੀਂ ਗਲਤ ਸਮਝ ਰਹੇ ਹੋ। ਜਦੋਂ ਅਸੀਂ ਤੁਹਾਨੂੰ ਇਹਨਾਂ ਰੰਗ ਬਿਰੰਗੇ ਫੁੱਲਾਂ ਦੇ ਬਗੀਚੇ ਬਾਰੇ ਦੱਸਾਂਗੇ ਤਾਂ ਤੁਹਾਡੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੇਗੀ, ਕਿਉਂਕਿ ਇਹ ਫੁੱਲ ਕਿਸੇ ਅਜਿਹੀ ਥਾਂ ਤੇ ਆਪਣੀਆਂ ਮਹਿਕਾਂ ਖਿਲਾਰ ਰਹੇ ਨੇ ਜਿੱਥੇ ਤੁਸੀਂ ਅੱਜ ਤੱਕ ਵੱਡੇ ਵੱਡੇ ਬੋਹੜ ਦੇ ਦਰਖਤ ਅਤੇ ਕੰਡਿਆਂ ਨਾਲ ਭਰੀਆਂ ਕਿੱਕਰਾਂ ਹੀ ਦੇਖੀਆਂ ਹੋਣਗੀਆਂ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਫੁੱਲਾਂ ਨਾਲ ਖਿੜੇ ਬਗੀਚੇ ਦੀਆਂ ਇਹ ਤਸਵੀਰਾਂ ਮੁਕਤਸਰ ਸਾਹਿਬ ਦੇ ਪਿੰਡ ਬਾਦੀਆਂ ਦੇ ਸ਼ਮਸ਼ਾਨ ਘਾਟ ਦੀਆਂ ਨੇ। ਜਾਣਕਾਰੀ ਮੁਤਾਬਕ ਪਿੰਡ ਦੇ ਇੱਕ ਪੁਲਿਸ ਮੁਲਾਜ਼ਮ ASI ਜੰਗੀਰ ਸਿੰਘ ਨੇ ਇਸ ਬਗੀਚੇ ਨੂੰ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ ਤਿਆਰ ਕੀਤਾ ਹੈ। ਇਸ ਬਗੀਚੇ 'ਚ ਕਿੰਨੀ ਕਿਸਮ ਦੇ ਫੁੱਲ ਬੂਟੇ ਨੇ ਅਤੇ ਇਸ 'ਤੇ ਕਿੰਨਾ ਖਰਚ ਆਇਆ ਉਹ ਤੁਸੀਂ ASI ਜੰਗੀਰ ਸਿੰਘ ਦੀ ਜ਼ੁਬਾਨੀ ਆਪ ਹੀ ਸੁਣ ਲਓ। ਹਾਂਜੀ, ਕੀ ਨਾਮ ਹੈ? ASI ਜਗੀਰ ਸਿੰਘ ਜੀ। ਕਿਸ ਤਰ੍ਹਾਂ ਇਹ ਸ਼ਮਸ਼ਾਨ ਘਾਟ 'ਚ ਤੁਸੀਂ ਸੇਵਾ ਕਰ ਰਹੇ ਹੋ? ਇਹ ਕੀਤੀ ਸੇਵਾ ਜੀ, ਪਹਿਲਾਂ ਅੱਜ ਤੋਂ 15-20 ਸਾਲ ਸੀ। ਮਾੜਾ ਮੋਟਾ ਝਾੜੀਆਂ ਬੂਟੀਆਂ ਘਾਹ ਬੂਸ ਹੁੰਦਾ ਸੀ ਜੀ, ਅਤੇ ਵੇਖਣ ਦੇ ਯੋਗ ਨਹੀਂ ਸੀਗਾ ਜੀ। ਇਹ ਕੁਛ ਟਾਈਮ ਪਹਿਲਾਂ ਫਿਰ ਸਾਡੀ ਸੇਵਾ ਕਲੱਬ ਬਣਾਇਆ ਜੀ। ਕਲੱਬ ਬਣਾਉਣ ਦੇ ਬਾਬਤ ਮੁੰਡਿਆਂ ਨੇ ਵੀ ਸਹਾਇਤਾ ਦਿੱਤੀ, ਪਿੰਡ ਨੇ ਵੀ ਦਿੱਤੀ। ਇਹ ਅਸੀਂ ਇਸ ਕਲੱਬ ਦੇ ਵਿੱਚ ਵੀ ਸੋਹਣਾ ਸੁੰਦਰਤਾ ਬਣਾਈ ਅਤੇ ਕੰਮ ਚਾਲੂ ਕੀਤਾ। ਪਹਿਲਾਂ ਥੋੜ੍ਹਾ ਜਿਹਾ ਕੰਮ ਚਾਲੂ ਕੀਤਾ ਸੀ, ਉਦੋਂ ਗਾਂ ਕੰਮ ਵਧਾਤਾ ਅਤੇ ਸ਼ੁਰੂ ਚੰਗਾ ਸਹੂਲਤ ਮਿਲੀ ਸਾਨੂੰ ਜੀ। ਕਿੰਨੀ ਕਿਸਮ ਦੇ ਬੂਟੇ ਲਾਏ ਜੀ ਇੱਥੇ? ਜੀ ਘੱਟੋ ਘੱਟ 50-60 ਕਿਸਮ ਦੇ ਬੂਟੇ ਆ ਜੀ। ਕਿਹੜੇ ਕਿਹੜੇ ਗੱਲ ਕਰੀਏ ਤਾਂ? ਕਿਹੜੇ ਕਿਹੜੇ ਜੀ? ਇੱਕ ਤਾਂ ਆਪਣਾ ਪਾਮ ਆ, ਅਤੇ ਛੋਕਾ ਏ, ਅਤੇ ਲਵ ਵੀਰ, ਅਤੇ ਸਾਰੀਆਂ ਕਿਸਮਾਂ ਜੀ ਟੋਟਲ। ਅਤੇ ਖਰਚੇ ਦੀ ਗੱਲ ਕਰੀਏ ਤਾਂ ਕਿੰਨਾ ਕੁ ਆ ਗਿਆ ਜੀ ਖਰਚਾ? ਜੀ ਘੱਟੋ ਘੱਟ 50-60 ਹਜ਼ਾਰ ਰੁਪਇਆ ਆ ਗਿਆ ਜੀ। ਜੇਬ 'ਚ ਵੀ ਸੇਵਾ ਕੀਤੀ ਹੈ ਜੀ, ਅਤੇ ਗਾਂ ਗੁਰਦੁਆਰਾ ਸਾਹਿਬ ਵੀ ਇਹੋ ਜਿਹਾ ਪ੍ਰੋਗਰਾਮ ਬਣਾਇਆ ਹੈ ਵੀ ਉੱਥੇ ਵੀ ਇਹ ਬੂਟੇ ਲਾਏ ਆ ਜੀ, ਅਤੇ ਗਾਂ ਕੰਮ ਚਾਲੂ ਸਾਡੇ। ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ? ਮੈਂ ਤਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਜਾਂ ਹਰ ਇੱਕ ਨੂੰ ਅਪੀਲ ਕਰਦਾ ਵੀ ਇੱਦਾਂ ਹੀ ਸੇਵਾ ਕਰੋ ਸ਼ਮਸ਼ਾਨ ਘਾਟ 'ਚ, ਅਤੇ ਹਰ ਇੱਕ ਸ਼ਮਸ਼ਾਨ ਘਾਟ ਸੋਹਣਾ ਅਤੇ ਸੁੰਦਰ ਬਣੇ, ਜੋ ਕੋਈ ਦੇਖਣ ਯੋਗ ਬਣੇ, ਅਤੇ ਸੇਵਾ ਕਰਨ ਹਰ ਕੋਈ। ਦੱਸ ਦਈਏ ਕਿ ਸ਼ਮਸ਼ਾਨ ਘਾਟ 'ਚ ਬਣੇ ਇਸ ਬਗੀਚੇ ਦੀ ਸਾਂਭ ਸੰਭਾਲ ਖੁਦ ASI ਜੰਗੀਰ ਸਿੰਘ ਅਤੇ ਪਿੰਡ ਦੇ ਨੌਜਵਾਨ ਮੁੰਡੇ ਕਰਦੇ ਨੇ। ਪਿੰਡ ਬਾਦੀਆਂ ਦੇ ਸਰਪੰਚ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ASI ਜੰਗੀਰ ਸਿੰਘ ਨੇ ਪਿੰਡ ਦੀ ਸ਼ਮਸ਼ਾਨ ਘਾਟ ਦਾ ਨਕਸ਼ਾ ਹੀ ਬਦਲ ਦਿੱਤਾ ਹੈ। ਪਿੰਡ ਵਾਸੀਆਂ ਨੇ ਪਿੰਡ ਦੇ NRI ਵੀਰਾਂ ਨੂੰ ਵੀ ਪਿੰਡ ਦੇ ਵਿਕਾਸ ਕਾਰਜਾਂ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਹਾਂਜੀ, ਕੀ ਨਾਮ ਹੈ? ਹਰਦੀਪ ਸਿੰਘ ਮੇਰਾ ਨਾਂ ਜੀ, ਅਤੇ ਮੈਂ ਤੁਹਾਨੂੰ ਮੁੱਢਲੀ ਇਹਦੀ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਪਾਰਕ ਦੀ ਸ਼ੁਰੂਆਤ ਹੋਈ ਆ, ਕਿਉਂਕਿ ਜਿੱਥੇ ਆਪਾਂ ਹੁਣ ਇਸ ਟਾਈਮ ਖੜ੍ਹੇ ਹਾਂ ਇੱਥੇ ਮੰਨ ਲਓ ਬਹੁਤ ਹੈਗਾ ਸੀ ਕਿੱਕਰਾਂ ਵਗੈਰਾ ਜਾਂ ਮੰਨ ਲਓ ਹੋਰ ਗੰਦ ਫੂਸ ਹੈਗਾ ਸੀ। ਇੱਥੇ ਸ਼ੁਰੂਆਤ ਇਹ ਹੋਈ ਵੀ ਸੰਗਤ ਨੇ ਕੀਤੀ ਮੰਨ ਲਓ ਵੀ ਇੱਥੇ ਫੁੱਲ ਬੂਟੇ ਲਾ ਕੇ ਇਹਨੂੰ ਵਧੀਆ ਬਣਾਇਆ ਜਾਵੇ। ਜਗੀਰ ਸਿੰਘ ਥਾਣੇਦਾਰ ਨੇ ਇਸ ਚੀਜ਼ ਦਾ ਹੰਭਲਾ ਮਾਰਿਆ, ਜਿਹੜੇ ਨਾਲ ਹੁਣ ਇਸ ਟਾਈਮ ਮੌਜੂਦ ਆ, ਅਤੇ NI ਭਰਾ ਹੈਗੇ ਸੀ ਸਾਡੇ ਆਸਟ੍ਰੇਲੀਆ ਗਏ ਸੀ ਛੋਟੇ ਲੈਵਲ ਤੋਂ ਉੱਠ ਕੇ, ਉਹ ਇਸ ਟਾਈਮ ਬਹੁਤ ਉਪਲਬਧੀਆਂ ਹਾਸਲ ਕਰ ਰਹੇ ਆ, ਕੁਲਵੰਤ ਸਿੰਘ, ਔਰ ਹੋਰ ਵੀ ਸੱਜਣਾ ਮਿੱਤਰਾਂ ਨੇ ਇੱਥੋਂ ਸ਼ੁਰੂਆਤ ਕੀਤੀ। ਹਾਂਜੀ, ਕੀ ਨਾਮ ਹੈ? ਮੈਂ GOG ਕਿਰਪਾਲ ਸਿੰਘ ਬਾਦੀਆਂ ਜੀ। ਕਿਸ ਤਰ੍ਹਾਂ ਦੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਜਿਹੜੀ ਸ਼ਮਸ਼ਾਨ ਘਾਟ ਦੀ? ਸੇਵਾ ਜੀ, ਇਹਨਾਂ ਬੱਚਿਆਂ ਨੇ ਬਹੁਤ ਵਧੀਆ ਇੱਥੇ ਪ੍ਰੋਗਰਾਮ ਕੀਤਾ ਹੈ, ਜਿਵੇਂ ਸਾਡੇ ਇਹ ਸਤਿਕਾਰਯੋਗ ਨੇ ਮੇਰੇ ਛੋਟੇ ਭਰਾ ਸਰਦਾਰ ਜਗੀਰ ਸਿੰਘ ਥਾਣੇਦਾਰ ਨੇ, ਇਹਨਾਂ ਇਹ ਸੇਵਾ ਇੱਥੇ ਆਏ ਸੀ ਕਿਸੇ ਸੱਜਣ ਮਿੱਤਰ ਦੇ ਕਿਤੇ ਇੱਥੇ ਜਾਣੀ ਸੰਸਕਾਰ ਸੀਗਾ, ਅਤੇ ਉਹਦੇ ਵਿੱਚ ਇਹਨਾਂ ਨੇ ਵੇਖਿਆ ਜਦੋਂ ਵੀ ਇਹ ਬਹੁਤ ਗੰਦ ਪਿੱਲ ਅਤੇ ਬੜਾ ਝਾੜ ਬੂਟ ਹੈਗਾ ਜੀ, ਉਦੋਂ ਹੀ ਇਹਨਾਂ ਦੇ ਮਨ ਦੇ ਵਿੱਚ, ਇਹਨਾਂ ਮੈਨੂੰ ਦੱਸਿਆ ਵੀ ਉਦੋਂ ਹੀ ਮੇਰੇ ਮਨ ਦੇ ਵਿੱਚ ਇਹ ਆਈ ਸੀ ਵੀ ਆਪਾਂ ਕਿਵੇਂ ਨਾ ਕਿਵੇਂ ਇਹਨੂੰ ਯਾਰ ਸੋਹਣਾ ਬਣਾਉਣਾ, ਸੁੰਦਰ ਬਣਾਉਣਾ ਹੈ। ਇਹਨਾਂ ਨੇ ਬਹੁਤ ਵਧੀਆ ਤਜਰਬਾ ਕੀਤਾ ਜੀ, ਇੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ, ਮੇਰੇ ਹਾਲ 50-60 ਕਿਸਮਾਂ ਦੇ ਫੁੱਲ ਹੋਣੇ ਨੇ ਇੱਥੇ ਵੀ, ਅਤੇ ਗੁਰਦੁਆਰਾ ਸਾਹਿਬ ਵੀ ਤੁਸੀਂ ਕਿਤੇ ਜਾ ਕੇ ਵੇਖੋ, ਐਡਾ ਸੋਹਣਾ ਬਗੀਚਾ, ਐਡਾ ਸੋਹਣਾ ਗਾਰਡਨ ਬਣਾਇਆ ਕਿ ਉੱਥੇ 10 ਮਿੰਟ ਬੈਠਣ ਨੂੰ ਜੀ ਕਰਦਾ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਹੈ ਸਾਹ ਸਰਪੰਚ ਪਿੰਡ ਵਾਦੀਆਂ,
ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਇੱਕ ਤੁਹਾਨੂੰ ਜਿਹੜੀ ਗੱਲ ਮੈਂ ਆਪਣੇ ਭਰਾਵਾਂ ਦੇ ਨਾਲ ਦੱਸਣੀ ਚਾਹੁੰਦਾ, ਸ਼ੇਅਰ ਕਰਨੀ ਚਾਹੁੰਦਾ ਕਿ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਅੰਕਲ ਜਗੀਰ ਸਿੰਘ ਜੀ SI ਸਾਹਿਬ ਨੇ ਆਪਣੀ ਡਿਊਟੀ ਦੇ ਵਿੱਚੋਂ ਸਮਾਂ ਕੱਢ ਕੇ ਇਸ ਪਿੰਡ ਔਰ ਉਹਨਾਂ ਦੇ ਨਾਲ ਸਾਡੇ ਜਿਹੜੇ ਕਾਮੇ ਭਰਾ ਹੈ ਜਿਨ੍ਹਾਂ ਨੇ ਜਿਹੜੇ ਆਪਦੇ ਕੰਮ 'ਤੇ ਜਾਂਦੇ ਨੇ, ਦਿਹਾੜੀ ਦੱਪਾ ਕਰਦੇ ਨੇ, ਉਹਨਾਂ ਨੇ ਵੀ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅਤੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਔਰ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਪੰਚਾਇਤ ਦੇ ਸੰਯੋਗ ਦੇ ਨਾਲ ਜਿਹੜਾ ਇਹ ਫੁਲਵਾੜੀ ਤਿਆਰ ਕੀਤੀ ਹੈ ਔਰ ਵੇਖਣ ਨੂੰ ਦਿਲ ਕਰਦਾ ਹੈ। ਜੋ ਵੀ ਸਾਡੇ ਇੱਥੇ ਗੁਰੂ ਘਰ ਆਉਂਦੇ ਨੇ, ਲੋਕ ਆਉਂਦੇ ਨੇ, ਕੋਈ ਇੱਥੇ ਪਾਠ ਦਾ ਭੋਗ ਹੁੰਦਾ ਹੈ ਜਾਂ ਕੋਈ ਹੋਰ ਸਮਾਗਮ ਵਗੈਰਾ ਹੁੰਦੇ ਨੇ, ਲੋਕ ਬਾਹਰੋਂ ਆਉਂਦੇ ਨੇ, ਜਾਂ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਕੋਈ ਮਰਗ ਹੋ ਜਾਂਦੀ ਹੈ ਔਰ ਲੋਕ ਬਾਹਰੋਂ ਆਉਂਦੇ ਨੇ ਦੇਖਦੇ ਨੇ ਕਿ ਜਿਹੜੀ ਫੁਲਵਾੜੀ ਬਣਾਈ ਹੋਈ ਹੈ, ਮਤਲਬ ਬਹੁਤ ਵਧੀਆ ਢੰਗ ਦੇ ਨਾਲ। ਅਸੀਂ ਬੜਾ ਧੰਨਵਾਦ ਜਿਹੜਾ ਕੋਈ ਕਰਨਾ ਚਾਹੁੰਦੇ ਹਾਂ ਸਾਡੇ ਜਗੀਰ ਸਿੰਘ ASI ਸਾਹਿਬ ਦਾ, ਉਹਨਾਂ ਦਾ ਕਿ ਉਹਨਾਂ ਨੇ ਬਹੁਤ ਵਧੀਆ ਮਿਹਨਤ ਕਰਕੇ ਕੋਈ ਵੀ ਜੋ ਬੰਦਾ ਹੈ ਇਕੱਲਾ ਜਾਂ ਪੰਚਾਇਤ ਆ ਜਾਂ ਕੋਈ ਸਰਪੰਚ ਆ ਜਾਂ ਕੋਈ ਉਹ ਇਕੱਲਾ ਬੰਦਾ ਨਹੀਂ ਕੁਛ ਨਹੀਂ ਕਰ ਸਕਦਾ, ਅਗਰ ਪਿੰਡ ਸੰਯੋਗ ਦੇਵੇ ਤਾਂ ਬਹੁਤ ਵਧੀਆ ਸਾਡਾ ਹੈ। ਕੋਈ ਬਾਹਲ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ, ਸੰਯੋਗ ਦੇ ਨਾਲ ਲੋਕਾਂ ਦੇ ਪਿਆਰ ਦੇ ਨਾਲ। ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਰਿਸ਼ਵਤਖੋਰੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ, ਉੱਥੇ ਹੀ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਅਜਿਹੇ ਵੀ ਹੁੰਦੇ ਨੇ ਜੋ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਨੇ, ਜਿਸ ਦੀ ਮਿਸਾਲ ਕਾਇਮ ਕੀਤੀ ਹੈ ਪਿੰਡ ਵਾਦੀਆਂ ਦੇ SI ਜੰਗੀਰ ਸਿੰਘ ਨੇ, ਜਿਸ ਦੀ ਮਿਹਨਤ ਅਤੇ ਲਗਨ ਦੇਖ ਕੇ ਪੂਰਾ ਪਿੰਡ ਉਹਨਾਂ ਦੀ ਤਾਰੀਫ ਕਰਦਾ ਨਹੀਂ ਥੱਕਦਾ। ਹਕੀਕਤ TV ਪੰਜਾਬੀ ਲਈ ਗਿੱਦੜਬਾਹ ਤੋਂ ਸੋਨੀ ਢੱਲਾ ਦੀ ਰਿਪੋਰਟ। ਸੱਤ ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ ਚ ਅਣਬਣ, ਨੌ ਦਾ ਵਸ਼ੀਕਰਨ, ਵਿਦੇਸ਼ ਯਾਤਰਾ ਚ ਰੁਕਾਵਟ, ਸੌਧਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ 85295 47283।